ਹੈਲੋ ਦੋਸਤੋ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜੁੜੇ ਰਹਿਣ ਲਈ, ਬਣੇ ਰਹਿਣ ਲਈ ਤੁਹਾਡਾ ਧੰਨਵਾਦ। ਆਏ ਦਿਨ ਇਸ ਤੋਂ ਨਵੀਂ ਨੋਟੀਫਿਕੇਸ਼ਨ ਦਿੰਦੇ ਹਾਂ, ਭਾਵੇਂ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ, ਨਵੀਂ ਜੋਬ ਹੋਵੇ, ਜਾਂ ਪੀ ਟੈਟ ਨੂੰ ਲੈ ਕੇ, ਸੀ ਟੈਟ ਦੇ ਨੋਟਸ ਹੋਣ, ਪੀ ਟੈਟ ਦੇ ਹੋਣ, ਉਹ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਉਂਦੇ ਹਾਂ। ਅਤੇ ਅੱਜ ਅਸੀਂ ਡੇਲੀ ਜਿਹੜੀ ਆਪਣੀ ਜੀ ਕੇ ਅਤੇ ਕਰੰਟ ਅਫੇਅਰ ਦੀ ਸੀਰੀਜ਼ ਚੱਲ ਰਹੀ ਹੈ, ਉਹਦੀ ਅੱਜ ਇਹ ਵੀਡੀਓ ਹੈ। ਕਿਉਂਕਿ ਅਸੀਂ ਡੇਲੀ ਤੁਹਾਨੂੰ ਕਰੰਟ ਅਫੇਅਰ ਵੀ ਦਿੰਦੇ ਹਾਂ, ਜੀ ਕੇ ਵੀ ਦਿੰਦੇ ਹਾਂ, ਉਹ ਦਿੰਦੇ ਹਾਂ ਅਸੀਂ ਫੋਰ ਗੌਰਮੈਂਟ ਇਗਜ਼ਾਮ, ਪੰਜਾਬ ਗੌਰਮੈਂਟ ਇਗਜ਼ਾਮ ਦੇ ਲਈ, ਜਾਂ ਕੋਈ ਐਸ ਐਸ ਸੀ ਜਾਂ ਬੈਂਕ ਦੇ ਇਗਜ਼ਾਮ ਦੇਣਾ ਚਾਹੁੰਦਾ ਉਹਦੇ ਲਈ। ਖਾਸ ਕਰਕੇ ਜਿਹੜੇ ਬੈਂਕ ਦੇ ਇਗਜ਼ਾਮ ਐਸ ਐਸ ਸੀ ਅਤੇ ਜਿਹੜੇ ਪੰਜਾਬ ਗੌਰਮੈਂਟ ਇਗਜ਼ਾਮ ਹੁੰਦੇ ਆ, ਜਿਵੇਂ ਜੇ ਈ ਦਾ ਹੋ ਗਿਆ, ਪੀ ਐੱਸ ਪੀ ਸੀ ਐੱਲ ਦਾ ਹੋ ਗਿਆ, ਉਹ ਇਗਜ਼ਾਮ ਦੇ ਵਿੱਚ ਤਾਂ 50% ਜੀ ਕੇ ਦੇ ਵਿੱਚ ਕਰੰਟ ਅਫੇਅਰ ਹੁੰਦੇ ਹੀ ਹੈ। ਤਾਂ ਕਰਕੇ ਸਾਨੂੰ ਕਈ ਕੈਂਡੀਡੇਟ ਨੇ ਕਿਹਾ ਕਿ ਸਰ ਤੁਸੀਂ ਸ਼ੁਰੂ ਕਰੋ, ਅਸੀਂ ਕਿਹਾ ਹਾਂਜੀ ਅਸੀਂ ਤੁਹਾਨੂੰ ਰੋਜ਼ ਦੇਵਾਂਗੇ, ਅੱਜ ਦੇ ਆ ਜਿਹੜੇ ਕਰੰਟ ਅਫੇਅਰ ਉਹ ਤੁਹਾਡੇ ਮੂਹਰੇ ਹੈ। ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਤਾ, ਜਿਹੜੇ ਨਵੇਂ ਕੈਂਡੀਡੇਟ ਆ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਅਸੀਂ ਇਸ ਲਈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਉਂਦੇ ਹਾਂ, ਸਿੱਧੇ ਅਸੀਂ ਤੁਹਾਨੂੰ ਤਾਂ ਨਹੀਂ ਦਿੰਦੇ ਕੁਐਸਚਨ ਵੀ ਤੁਹਾਡੇ ਕੋਲ ਮੋਬਾਈਲ ਦੇ ਵਿੱਚ ਸੇਵ ਰਹਿਣਗੇ, ਤੁਹਾਨੂੰ ਹੋਰ ਕੋਈ ਨੋਟਬੁੱਕ ਬਣਾਉਣ ਦੀ ਲੋੜ ਨਹੀਂ ਪੈਣੀ, ਸਿੱਧਾ ਮੋਬਾਈਲ ਦੇ ਵਿੱਚ ਪੀ ਡੀ ਐੱਫ ਤੁਸੀਂ ਸੇਵ ਕਰ ਲਿਓ, ਜੋ ਡਾਊਨਲੋਡ ਕਰੋਗੇ ਤਾਂ ਸੇਵ ਹੋ ਜੂਗੀ। ਤਾਂ ਫਿਰ ਜਦੋਂ ਮਰਜ਼ੀ, ਭਾਵੇਂ ਤੁਸੀਂ ਪੇਪਰ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਪੀ ਡੀ ਐੱਫ ਜਿਹੜੀਆਂ ਖੋਲ੍ਹ ਕੇ ਤੁਸੀਂ ਪੜ੍ਹ ਸਕਦੇ ਹੋ ਕਿ ਵਿੱਚ ਹੈ ਕੀ ਸੀ, ਕਰੰਟ ਅਫੇਅਰ ਕੀ ਸੀ। ਕਿਉਂਕਿ ਲਾਸਟ ਟੂ ਜਾਂ ਥ੍ਰੀ ਮੰਥ ਦੇ ਜਿਹੜੇ ਕਰੰਟ ਅਫੇਅਰਸ ਆ ਉਹ ਇਗਜ਼ਾਮ ਦੇ ਵਿੱਚ ਜ਼ਰੂਰ ਆਉਂਦੇ ਆ। ਤੁਸੀਂ ਐਵੇਂ ਇਕੱਠੇ ਕਰਦੇ ਜਾਓ, ਜਦੋਂ ਤੁਹਾਡਾ ਮੰਥਲੀ ਪੇਪਰ ਜਾਂ ਕੋਈ ਵੀ ਪੇਪਰ ਹੋਇਆ ਤੁਸੀਂ ਸ਼ੁਰੂ ਕਰ ਲਿਓ, ਜਦੋਂ ਦੇ 2-3 ਮੰਥ ਪਹਿਲਾਂ ਦੇ ਤੁਸੀਂ ਸਾਰੇ ਪੜ੍ਹ ਲਿਓ, ਉਹਦੇ ਵਿੱਚੋਂ ਹੀ ਕਰੰਟ ਅਫੇਅਰ ਪੁੱਛੇ ਜਾਂਦੇ ਆ। ਅਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਦੇ ਵਿੱਚ ਕਿਵੇਂ ਤੁਸੀਂ ਜਿਹੜੀ ਪੀ ਡੀ ਐੱਫ ਫਾਈਲ ਨੂੰ ਓਪਨ ਕਰਨਾ। ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਮੂਹਰੇ ਜਿਹੜੀ ਮੋਬਾਈਲ ਦੀ ਆਪਣੀ ਸਕਰੀਨ ਆ ਗਈ, ਤਾਂ ਗੂਗਲ ਦੇ ਵਿੱਚ, ਕਰੋਮ ਦੇ ਵਿੱਚ ਜਾਓ ਅਤੇ ਜਿਹੜਾ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਕਾਪੀ ਕਰਕੇ ਤੁਸੀਂ ਪੇਸਟ ਕਰ ਦਿਓ ਇਹਦੇ ਵਿੱਚ। ਜਿਵੇਂ ਪੇਸਟ ਕਰਤਾ ਤੁਸੀਂ ਦੇਖ ਰਹੇ ਹੋ, ਪੇਸਟ ਕਰਨ ਤੋਂ ਬਾਅਦ ਕਲਿੱਕ ਕਰੋ ਅਤੇ ਤੁਹਾਡੇ ਮੂਹਰੇ ਜਿਹੜੀ ਆ ਜਿਹੜੀ ਆ ਰਹੀ ਹੈ ਉੱਤੇ ਸਕਰੀਨ ਦੇ ਉੱਪਰ ਐਡ ਆ ਰਹੀ ਹੈ, ਤੁਸੀਂ ਇਹਦੇ ਵਿੱਚ ਡੈਨਾਈ ਕਰਕੇ DENY ਡੈਨਾਈ ਕਰਕੇ, ਉਦੋਂ ਬਾਅਦ ਆ ਜਿਹੜੀ ਉੱਪਰ ਲਿਖਿਆ ਹੈ ਕਿ ਐਡ ਜਾਂ ਜਿਹੜੀ ਐਡ ਆ ਰਹੀ ਹੈ, ਸਕਿੱਪ ਐਡ ਆ ਓਪਸ਼ਨ ਆ ਗਈ, ਸਕਿੱਪ ਐਡ ਤੁਸੀਂ ਇਹਦੇ 'ਤੇ ਕਲਿੱਕ ਕਰ ਦਿਉ। ਅਤੇ ਇਦੋਂ ਬਾਅਦ ਆ ਜਿਹੜੀ ਆ ਇੱਕ ਹੋਰ ਐਡਵਰਟਾਈਜ਼ਮੈਂਟ ਆ ਗਈ, ਤੁਸੀਂ ਇਹਦੇ ਵੱਲ ਕੋਈ ਧਿਆਨ ਨਹੀਂ ਦੇਣਾ, ਇਹਨੂੰ ਬੈਕ ਕਰ ਦੇਣਾ, ਥੱਲੇ ਬੈਕ ਵਾਲਾ ਨੱਪ ਦਿਉ ਓਪਸ਼ਨ, ਬੈਕ ਹੋ ਜੂਗੀ ਇਹ ਐਡ। ਫਿਰ ਦੇਖੋ ਉੱਤੇ ਲਿਖਿਆ ਗਿਆ ਪਲੀਜ਼ ਵੇਟ, ਫਿਰ ਹੁਣ ਪਲੀਜ਼ ਵੇਟ ਤੋਂ ਬਾਅਦ ਆ ਦੇਖੋ ਸੈਕਿੰਡ ਚੱਲ ਪਏ, ਸੈਕਿੰਡ ਤੋਂ ਬਾਅਦ ਫਿਰ ਆ ਜੂਗਾ ਕਿ ਸਕਿੱਪ ਐਡ, ਉਹ ਆ ਗਿਆ ਸਕਿੱਪ ਐਡ, ਤੁਸੀਂ ਨੱਪ ਦਿਓ ਸਕਿੱਪ ਐਡ। ਅਤੇ ਉਦੋਂ ਬਾਅਦ ਆ ਦੇਖੋ ਆ ਆਈ ਡੀ ਜਿਹੜੀ ਤੁਸੀਂ ਮੋਬਾਈਲ 'ਚ ਭਰੀ ਹੈ ਉਹਦੇ 'ਤੇ ਓਕੇ ਕਰ ਦਿਓ, ਜੇ 2-3 ਆਈਡੀਆਂ ਭਰੀਆਂ ਵਿੱਚੋਂ ਇੱਕ 'ਤੇ ਓਕੇ ਕਰ ਦਿਓ, ਉਸੇ ਆਈ ਡੀ ਦੇ ਵਿੱਚ ਆ ਦੇਖੋ ਜਿਵੇਂ ਪੀ ਡੀ ਐੱਫ ਫਾਈਲ ਆ ਜਿਹੜੀ ਖੁੱਲ੍ਹ ਗਈ। ਆ ਦੇਖੋ ਤੁਹਾਡੇ ਮੂਹਰੇ ਸਕਰੀਨ 'ਤੇ ਆ ਰਹੀ ਹੈ ਕਿ ਪੀ ਡੀ ਐੱਫ ਫਾਈਲ ਨੂੰ ਕਿਵੇਂ ਖੋਲ੍ਹਣਾ, ਆ ਪੀ ਡੀ ਐੱਫ ਫਾਈਲ ਆ ਜਿਹੜੀ ਖੁੱਲ੍ਹ ਜੂਗੀ, ਐਂ ਸੇਵ ਕਰ ਲੈਣੀ ਹੈ ਤੁਸੀਂ। ਅਤੇ ਇਸ ਤਰ੍ਹਾਂ ਜਿਹੜੀ ਤੁਹਾਡੀ ਡੇਲੀ ਵਾਈਜ਼ ਡੇਲੀ ਜਿਹੜੀ ਪੀ ਡੀ ਐੱਫ ਫਾਈਲ ਆ ਉਹ ਸੇਵ ਹੁੰਦੀ ਜਾਊਗੀ। ਅਤੇ ਹੋਰ ਵੀ ਕੋਈ ਜੇ ਤੁਹਾਨੂੰ ਨਾ ਪਤਾ ਲੱਗੇ ਕਮੈਂਟ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ ਤੁਸੀਂ। ਬਣੇ ਰਹੋ ਸਾਡੇ ਨਾਲ, ਧੰਨਵਾਦ।